ਬਠਿੰਡਾ ਮਾਨਸਾ ਰੋਡ ਤੇ ਪੈਂਦੇ ਪਿੰਡ ਮਾਈਸਰਖਾਨਾ ਵਿਖੇ ਮਾਲਵੇ ਦਾ ਪ੍ਰਾਚੀਨ ਇਤਿਹਾਸਿਕ ਸ੍ਰੀ ਦੁਰਗਾ ਮੰਦਿਰ ਸਥਿਤ ਹੈ, ਜਿੱਥੇ ਸੜਕ ਤੇ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਕਾਫੀ ਲੰਮੇ ਸਮੇਂ ਤੋਂ ਰਸਤਾ ਬੰਦ ਪਿਆ। ਮੰਦਿਰ ਦੇ ਮੇਨ ਗੇਟ ਉੱਪਰ ਵੀ ਪਿੰਡ ਦਾ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ। ਮਾਈਸਰਖਾਨਾ ਵਿੱਚ ਦੋ ਮੇਲੇ ਲੱਗਦੇ ਨੇ। ਇੱਕ ਮੇਲੇ ਵਿੱਚ ਤਕਰੀਬਨ 5 ਤੋਂ 6 ਲੱਖ ਤੱਕ ਦੇ ਸ਼ਰਧਾਲੂ ਵੱਖ ਵੱਖ ਸੂਬਿਆਂ ਤੋਂ ਨਤਮਸਤਕ ਹੋਣ ਲਈ ਆਉਂਦੇ ਨੇ। ਪ੍ਰਾਚੀਨ ਇਤਿਹਾਸਿਕ ਸ੍ਰੀ ਦੁਰਗਾ ਮੰਦਿਰ ਅਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਉੱਪਰ ਪਿੰਡ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਮੰਦਿਰ ਦੇ ਮੇਨ ਗੇਟ ਉੱਪਰ ਪਿੰਡ ਦਾ ਸਾਰਾ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਸ ਮਸਲੇ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਤੋਂ ਬਾਅਦ ਵੀ ਇਸ ਉੱਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਜ਼ਿਲ੍ਹਾ ਬਠਿੰਡਾ ਹੈੱਡ ਆਫਿਸ ਮਾਈਸਰਖਾਨਾ ਸਾਰੇ ਪ੍ਰੈਸ ਵੀਰਾਂ ਦੇ ਸਾਰੇ ਪ੍ਰਸ਼ਾਸਨ ਦੇ ਗੱਲ ਧਿਆਨ 'ਚ ਹੈ ਕਿ ਸਾਨੂੰ ਇਹ ਜੋ ਧਰਨਾ ਦੇਣਾ ਪਿਆ ਪਿਛਲੇ 6 ਮਹੀਨਿਆਂ ਤੋਂ ਲਟਕ ਰਹੇ ਇਹ ਮਸਲਾ ਜੋ ਤੁਸੀਂ ਦੇਖ ਰਹੇ ਹੋ ਕਿ ਐਡਾ ਇਤਿਹਾਸਕ ਮੰਦਰ ਹੁੰਦੇ ਹੋਏ ਵੀ ਜਿਹਦੇ 4 ਚਪੇਰੇ ਗੰਦਾ ਪਾਣੀ ਖਿਲ ਰਿਹਾ ਪਿਆ। ਅਸੀਂ ਬਹੁਤ ਵਾਰੀ ਇਹ ਮਾਨਯੋਗ DC ਸਾਹਿਬ ਦੇ ਨਿਗਾਹ 'ਚ ਲਿਆਂਦੀ ਗੱਲ ਕਿ ਇਹਦਾ ਕੋਈ ਨਾ ਕੋਈ ਸੁਧਾਰ ਕੀਤਾ ਜਾਵੇ। ਪਰਸਨਲ ਤੌਰ 'ਤੇ ਅਸੀਂ ਜਾ ਕੇ ਸਾਡੀ ਕਮੇਟੀ SDM ਸਾਹਿਬ ਨੂੰ ਮਿਲੀ, ਮਨਪ੍ਰੀਤ ਜੀ ਜੋ ਸਾਡੇ ਬਠਿੰਡਾ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਵੱਲੋਂ ਨੁਮਾਇੰਦਗੀ ਕਰ ਰਹੇ ਨੇ, ਉਹਨਾਂ ਨੂੰ ਅਸੀਂ ਕਈ ਵਾਰ ਜਾ ਕੇ ਇਹ ਗੱਲ ਮਸਲਾ ਧਿਆਨ 'ਚ ਲਿਆਂਦਾ ਕਿ ਇਹ ਜੋ ਮੰਦਰ ਹੈ ਸਰਵ ਧਰਮ ਸਾਂਝਾ, ਸਾਲ ਦੇ ਵਿੱਚ 2 ਵਾਰੀ ਮੇਲੇ ਲੱਗਦੇ ਨੇ ਅੱਸੂ ਅਤੇ ਚੇਤ ਦੇ ਵਿੱਚ, ਜਿਹਦੇ ਵਿੱਚ ਤਕਰੀਬਨ 24 ਘੰਟਿਆਂ ਦੇ ਵਿੱਚ 5 ਲੱਖ ਤੋਂ ਲੱਗ ਕੇ 6 ਲੱਖ ਬੰਦਾ ਮੱਥਾ ਟੇਕਦਾ। ਬਹੁਤ ਵੱਡੀ ਭਾਵਨਾ ਨੂੰ ਠੇਸ ਹੈ ਜੇ ਇਹ ਹਿੰਦੂ ਸਮਾਜ ਇਸ ਨੂੰ ਬਰਦਾਸ਼ਤ ਨਹੀਂ ਕਰੂਗਾ, ਸਾਡੀ ਕਮੇਟੀ ਇਸ ਨੂੰ ਬਰਦਾਸ਼ਤ ਨਹੀਂ ਕਰੂ। ਅਸੀਂ ਪੂਰੇ ਇਲਾਕੇ ਨੂੰ ਨਾਲ ਲੈ ਕੇ ਅੱਜ ਤਾਂ ਸਿਰਫ ਅਸੀਂ ਇਹ ਰੋਡ ਰੋਕਣ ਦਾ ਧਰਨਾ ਕੀਤਾ, ਇਸ ਤੋਂ ਬਾਅਦ ਅਸੀਂ ਮੰਡੀਆਂ ਬੰਦ ਕਰਾਵਾਂਗੇ, ਇਸ ਤੋਂ ਬਾਅਦ ਜੇ ਸਰਕਾਰ ਦੇ ਜੂ ਨਾ ਸਰਕੀ ਤਾਂ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਹਰ ਕੋਸ਼ਿਸ਼ ਕਰਾਂਗੇ ਕਿ ਇਹ ਮਸਲਾ ਹੱਲ ਕਰਵਾ ਕੇ ਰਹਾਂਗੇ। ਸ਼ਰਧਾਲੂ ਪਿੰਡ ਨਿਵਾਸੀ ਭਰਾਵੋ, ਸਭ ਲੱਖਾਂ ਦੀ ਗਿਣਤੀ 'ਚ ਪੰਜਾਬ ਨੇ ਵੱਖ ਵੱਖ ਰਾਜਾਂ ਤੋਂ ਸ਼ਰਧਾਲੂ ਨਤਮਸਤਕ ਹੋਣ ਲਈ ਇੱਥੇ ਆਪਣੀਆਂ ਭਾਵਨਾਵਾਂ ਲੈ ਕੇ ਪਹੁੰਚਦੇ ਨੇ। ਜਿੱਥੇ ਸਾਨੂੰ ਇਹ ਬੜਾ ਦੁੱਖ ਦੀ ਗੱਲ ਹੈ ਕਿ ਜਿੱਥੇ ਲੋਕ ਸਾਡੇ ਇਸ ਸਥਾਨ 'ਤੇ ਮਾਈ ਦੇ ਮੰਦਰ 'ਤੇ ਬੜੀਆਂ ਆਸਾਂ ਲੈ ਕੇ ਆਉਂਦੇ ਨੇ, ਤਾਂ ਜਦੋਂ ਆਉਂਦੇ ਨੇ ਤਾਂ ਉਹ ਦੇਖਦੇ ਹੈ ਕਿ ਇੱਥੇ ਜਿਹੜਾ ਹਾਲ ਹੈ ਬਹੁਤ ਬੁਰਾ। ਧਰਨੇ ਵਿੱਚ ਸ਼ਰਧਾਲੂਆਂ ਵੱਲੋਂ ਆਮ ਆਦਮੀ ਪਾਰਟੀ ਦੇ MLA ਜਗਦੇਵ ਸਿੰਘ ਕਮਾਲੂ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੇ ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਧਿਆਨ ਦਿਵਾਏ ਜਾਣ ਨੂੰ ਲੈ ਕੇ ਭਰੋਸਾ ਦਵਾਇਆ। ਬੜੀ ਮਦਭਾਗੀ ਗੱਲ ਹੈ ਕਿ ਜਿਹੜਾ ਇਤਿਹਾਸਕ ਸਥਾਨ ਹੈ ਸਾਡੇ ਮਾਈਸਰਖਾਨੇ ਵਿਖੇ ਮਾਤਾ ਦਾ ਮੰਦਰ ਹੈ, ਕਈ ਮੰਦਰ ਨੇ ਇੱਥੇ ਜਿਹੜੇ ਬੜੇ ਪ੍ਰਾਚੀਨ ਨੇ, ਇੱਥੇ ਲੱਖਾਂ ਕਰੋੜਾਂ ਸ਼ਰਧਾਲੂ ਹਰ 6 ਮਹੀਨਿਆਂ ਬਾਅਦ ਨਤਮਸਤਕ ਹੋਣ ਆਉਂਦੇ ਨੇ ਅਤੇ ਆਪਣੀਆਂ ਮਨੋਭਾਵਨਾ ਲੈ ਕੇ ਆਉਂਦੇ ਨੇ, ਸ਼ਰਧਾ ਨਾਲ ਆਉਂਦੇ ਨੇ। ਉਸ ਮੰਦਰ ਦਾ ਹਾਲ ਹੈ ਜਿਹੜਾ ਅੱਜ ਦੇਖਿਆ ਨਹੀਂ ਜਾਂਦਾ, ਕਿਉਂਕਿ ਉਹਦੇ 4 ਚਪੇਰੇ ਬੜੀ ਵੱਡੀ ਮਾਤਰਾ 'ਚ ਗੰਦਾ ਪਾਣੀ ਖੜ੍ਹਾ ਹੈ, ਜਿਹਦੇ 'ਚੋਂ ਬਹੁਤ ਹੀ ਗੰਦੀ ਸਮੈਲ ਮਾਰ ਰਹੀ ਹੈ, ਅਤੇ ਇਸ ਲਈ ਬੜੀ ਇਹ ਲਾਹਣਤ ਵਾਲੀ ਗੱਲ ਹੈ, ਖਾਸ ਕਰਕੇ ਸਾਡੇ ਹਲਕੇ ਲਈ, ਕਿਉਂਕਿ ਜੇ ਲੋਕ ਇੱਥੇ ਸ਼ਰਧਾ ਨੂੰ ਨਾ ਆਉਂਦੇ ਨੇ ਤਾਂ ਬਹੁਤ ਵਾਰੀ ਉਹਨਾਂ ਦੀ ਸ਼ਰਧਾ ਵੀ ਟੁੱਟ ਜਾਂਦੀ ਹੈ ਵੀ ਮੰਦਰ ਤੋਂ ਕੀ ਆਸਾਂ ਲੈ ਕੇ ਜਾਵਾਂਗੇ ਜਦੋਂ ਇੱਥੇ ਇੰਨਾ ਬਦਬੋ ਮਾਰ ਰਹੀ ਹੈ, 4 ਚਪੇਰੇ ਸਫਾਈ ਨਹੀਂ ਕਿਤੇ ਵੀ। ਅਤੇ ਇਸ ਦੇ ਸੰਬੰਧ ਵਿੱਚ ਮੈਂ DC ਸਾਹਿਬ ਨੂੰ ਪਹਿਲਾਂ ਵੀ ਮਿਲਿਆ ਸੀ ਅਤੇ ਹੁਣ ਵੀ ਮੈਂ ਵਿਧਾਨ ਸਭਾ ਤੱਕ ਇਹ ਮਸਲਾ ਲੈ ਕੇ ਜਾਊਂਗਾ
ਅਤੇ ਜਿਹੜੀਆਂ ਇਹ ਹਿੰਦੂ ਸੰਮਤੀਆਂ ਇਹਦਾ ਸੰਘਰਸ਼ ਕਰਨਗੀਆਂ, ਉਸ ਸੰਘਰਸ਼ 'ਚ ਮੈਂ ਤਨ ਮਨ ਧਨ ਨਾਲ ਸ਼ਾਮਿਲ ਹੋਊਂਗਾ। ਜੈਕਾਰੇ ਵੀਰ ਬਜਰੰਗੇ। ਅਸੀਂ ਇਹਦੀ ਸਫਾਈ ਦਾ ਪ੍ਰਬੰਧ ਕਰਾ ਕੇ ਇਹਨੂੰ ਸਾਫ਼ ਸੁਥਰਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਅਤੇ ਉਨ੍ਹਾਂ ਚਿਰ ਅਸੀਂ ਦਮ ਨਹੀਂ ਲਵਾਂਗੇ ਜਿੰਨਾ ਚਿਰ ਇਹ ਸਫਾਈ ਨਹੀਂ ਹੁੰਦੀ ਅਤੇ ਠੀਕ ਨਹੀਂ ਹੁੰਦਾ। ਇੱਥੇ ਚੰਗਾ ਸੀਵਰੇਜ ਪਾ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ, ਸਾਰੀਆਂ ਸੜਕਾਂ ਬਣਾਈਆਂ ਜਾਣ ਤਾਂ ਜੋ ਉਸ ਧਾਰਮਿਕ ਸਥਾਨ ਦੀ ਜਿਹੜੀ ਦਿੱਖ ਹੈ ਉਹਨੂੰ ਹੋਰ ਚਾਰ ਚੰਨ ਲਾਏ ਜਾਣ। ਇਹ ਸਰਕਾਰਾਂ ਦਾ ਕੰਮ ਹੁੰਦਾ ਅਤੇ ਸਰਕਾਰਾਂ ਨੂੰ ਜੇ ਨਹੀਂ ਕਰਦੀਆਂ ਅਸੀਂ ਕਰਨ ਲਈ ਮਜਬੂਰ ਕਰਾਂਗੇ। ਮੋੜ ਮੰਡੀ ਤੋਂ ਰਾਕੇਸ਼ ਕੁਮਾਰ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।